C5 चैनल दे सत्कारयोग दर्शकों का बहुत बहुत स्वागत। साड़ी बुलेट टू बुलेट टीम हुण तक दीआं ताज़ा खबरां लैके तुहाडी सेवा विच हाज़र है। सरदार अतिंदरपाल सिंह जी भी साडे नाल शामिल हो चुके ने। फतेह दी सांझ पाउने आ सरदार साहब। वाहिगुरू जी का खालसा, वाहिगुरू जी की फतेह। खालसा वाहिगुरू जी की फतेह जी। वाहिगुरू सरदार साहब, खबरां जदों असीं तबसरे करदे आ, खबरां बोलदे आ, कोई ਚੰਗੀਆਂ ਖਬਰਾਂ, ਸਕੂਨ ਦੇਣ ਵਾਲੀਆਂ ਖਬਰਾਂ ਕਦੇ ਨਹੀਂ ਆਉਂਦੀਆਂ, ਦੁਖਦਾਈ ਖਬਰਾਂ ਹੀ ਬਹੁਤ ਸਾਰੀਆਂ ਜ਼ਿਆਦਾਤਰ ਅੱਗੇ ਆਉਂਦੀਆਂ ਨੇ। ਤੁਸੀਂ ਹੁਣ ਤੱਕ ਸਾਡੇ ਸਿਰ ਦਰਸ਼ਕਾਂ ਨੇ ਵੀ ਸਾਰਿਆਂ ਨੇ ਗੁਰੂ ਰਾਮਦਾਸ ਸਰਾਂ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤਸਰ, ਉੱਥੇ ਜਿਹੜਾ ਤੜਕੇ ਧਮਾਕਾ ਹੋਇਆ, ਅਸੀਂ ਬੁਲਟ ਟੂ ਬੁਲਟ ਪ੍ਰੋਗਰਾਮ ਦੇ ਵਿੱਚ ਬੀਤੇ ਦਿਨ ਵੀ ਇੱਦਾਂ ਦੀ ਗੱਲਾਂ ਕੀਤੀਆਂ ਸੀ ਵੀ ਪਰਮਾਤਮਾ ਨਾ ਕਰੇ ਕਿ ਜੇ ਸਾਡੇ ਉਹਨਾਂ ਕੰਪਲੈਕਸ ਦੇ ਵਿੱਚ ਜਿੱਥੇ ਕੈਂਟੀਨਸ ਨੇ ਉੱਥੇ ਕਿਤੇ ਕੋਈ ਇਸ ਤਰ੍ਹਾਂ ਦਾ ਨਾ ਹੋ ਜਾਵੇ, ਜਦੋਂ ਦੋ ਧਮਾਕੇ ਪਹਿਲਾਂ ਹੋ ਚੁੱਕੇ ਸਨ ਹੈਰੀਟੇਜ ਸਟਰੀਟ ਦੇ ਵਿੱਚ। ਬਾਕੀ ਦੀਆਂ ਗੱਲਾਂ ਤੇ ਬਾਅਦ ਦੇ ਵਿੱਚ ਤੁਹਾਡੇ ਨਾਲ ਕਰਾਂਗੇ। ਸਾਨੂੰ ਥੋੜ੍ਹਾ ਜਿਹਾ ਆਪਣੇ ਤਜਰਬੇ ਨਾਲ ਇਹ ਦੱਸਿਓ ਕਿ ਆਖਿਰਕਾਰ ਸਿੱਖਾਂ ਨੂੰ ਹੀ ਕਿਉਂ ਇੰਨਾ ਕੁ ਸਮਝਿਆ ਹੋਇਆ ਕਿ ਹਰ ਗੱਲ ਇੱਥੇ ਹੀ ਆ ਕੇ ਸ਼ੁਰੂ ਹੁੰਦੀ ਤੇ ਸਮਾਪਤ ਹੁੰਦੀ। ਜਿਹੜੇ ਨਵੇਂ ਖੁਲਾਸੇ DGP ਸਾਹਿਬ ਨੇ SGPC ਦੇ ਸਹਿਯੋਗ ਨਾਲ ਤੇ SGPC ਵੱਲੋਂ ਫੜਾਏ ਗਏ ਬੰਦਿਆਂ ਦੇ ਹਿਸਾਬ ਨਾਲ ਸਨਸਨੀਖੇਜ ਰੂਪ ਵਿੱਚ ਕੀਤੇ ਨੇ ਜੀ। ਉਹਨਾਂ DGP ਸਾਹਿਬ ਦੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਇੰਝ ਇਨਵੈਸਟੀਗੇਟ ਕੀਤਾ, ਉਹ ਕੀਤਾ। ਉਹ ਸਾਰਾ ਕੁਛ ਝੂਠਾ ਆਪਣੇ ਆਪ ਵਿੱਚ ਹੀ ਸਾਬਤ ਹੁੰਦਾ, ਕਿਉਂਕਿ ਜਿਸ ਵੇਲੇ ਪਹਿਲਾ ਧਮਾਕਾ ਹੋਇਆ ਉਦੋਂ ਇਹਨਾਂ ਨੇ ਇੱਕ ਨਵੀਂ ਸਟੋਰੀ ਘੜੀ ਸੀ। ਉਦੋਂ ਚਿਮਨੀ ਫਟਣ ਦੀ ਤੇ ਗੈਸ ਇਕੱਠੀ ਹੋਣ ਦੀ ਤੇ ਸ਼ੀਸ਼ਾ ਟੁੱਟਣ ਦੀ ਥਿਊਰੀ ਸੀ, ਉਹ ਧਮਾਕੇ ਦੀ ਥਿਊਰੀ ਸੀ। ਜਦਕਿ C5 ਚੈਨਲ ਤੇ ਅਸੀਂ ਇੰਟਰਵਿਊ ਵੀ ਚਾੜੀ ਸੀ ਸਥਾਨਕ ਲੋਕਾਂ ਦੀ, ਚਸ਼ਮਦੀਦ ਦੀ, ਉੱਥੇ ਮੌਕੇ ਤੇ ਜਿਹੜੇ ਯਕਦਮ ਗਏ ਸੀ ਸੰਗਤ ਵਿੱਚੋਂ ਲੋਕ ਉਹਨਾਂ ਦੀ, ਉਹਨਾਂ ਨੇ ਕਿਹਾ ਸੀ ਕਿ ਬਈ ਪੋਟਾਸ਼ ਦੀ ਸਮੈਲ ਆਈ ਹੈ, ਪਰ ਪੁਲਿਸ ਨੇ ਨਕਾਰ ਦਿੱਤਾ ਸੀ। ਦੂਸਰੇ ਦਿਨ ਫਿਰ ਜਿਸ ਵੇਲੇ ਧਮਾਕਾ ਹੋਇਆ ਤੇ ਉਹਨਾਂ ਨੇ ਇੱਕ ਕੰਟੇਨਰ ਵਿੱਚ ਧਮਾਕਾ ਦੱਸ ਦਿੱਤਾ, ਡਰਿੰਕ ਕੰਟੇਨਰ ਦਾ ਉਹਨਾਂ ਨੇ ਜ਼ਿਕਰ ਕੀਤਾ। ਇਹਨਾਂ ਦੋਨਾਂ ਧਮਾਕਿਆਂ ਦੇ ਦਰਮਿਆਨ ਜਿਹੜੀਆਂ ਇਹਨਾਂ ਨੇ ਸਟੋਰੀ 'ਚ ਪਾਈਆਂ ਗਈਆਂ, ਮੈਂ ਪਿੱਛੇ ਵੀ ਕਿਹਾ, ਹੁਣ ਫਿਰ ਮੈਂ ਕਹਿਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਇੱਕ ਬੰਬ ਪਹਿਲਾਂ ਵੀ ਮਿਲਿਆ ਸੀ 1 ਅਪ੍ਰੈਲ ਮਹੀਨੇ 'ਚ, ਜਿਹੜਾ ਕਿ ਫਟਿਆ ਨਹੀਂ ਸੀ, ਉਹ ਵੀ ਪਾਰਕਿੰਗ ਵਿੱਚੋਂ ਹੀ ਮਿਲਿਆ ਸੀ। ਹੁਣ ਉਹਦੇ ਨਾਲ ਵੀ ਜੋੜ ਕੇ ਇਹਨਾਂ ਨੇ ਹਾਲੇ ਤੱਕ ਤਫਤੀਸ਼ ਨਹੀਂ ਸੀ ਕੀਤੀ ਇਹਨਾਂ ਕੇਸਾਂ ਦੀ, ਅਤੇ ਆਪਣੀਆਂ ਹੀ ਥਿਊਰੀਆਂ ਨਵੀਆਂ ਘੜ ਰਹੇ ਸੀ। ਉਸ ਥਿਊਰੀ 'ਚ ਇਹ ਵੀ ਕਿਹਾ ਗਿਆ ਪੁਲਿਸ ਦੇ ਅਫਸਰਾਂ ਵੱਲੋਂ ਕਿ ਰੈਸਟੋਰੈਂਟ ਦਾ ਆਪਸੀ ਝਗੜਾ ਸ਼ਾਇਦ ਉਸ ਕਰਕੇ ਹੋਇਆ, ਜਾਂ ਪਾਰਕਿੰਗ ਦੇ ਠੇਕੇ ਕਰਕੇ ਵੀ ਹੋ ਸਕਦਾ, ਇਹੋ ਜਿਹੀਆਂ ਕਈ ਗੱਲਾਂ ਆਈਆਂ ਸਨ। ਹੁਣ ਜਿਸ ਵੇਲੇ ਤੀਸਰਾ ਧਮਾਕਾ ਬਿਲਕੁਲ ਹੀ ਗੁਰੂ ਰਾਮਦਾਸ ਸਰਾਂ ਦੇ ਬੈਕ ਸਾਈਡ 'ਤੇ, ਗੁਰੂ ਅਰਜਨ ਪਾਤਸ਼ਾਹ ਨਿਵਾਸ ਦੇ ਬਿਲਕੁਲ ਪਿੱਛੇ ਗਲਿਆਰੇ 'ਚ ਹੋਇਆ, ਤਾਂ ਹੁਣ ਪੁਲਿਸ ਨੇ ਆਪ ਤਾਂ ਕੁਛ ਨਹੀਂ ਫੜਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ CCTV ਕੈਮਰੇ 'ਚ ਜਿਵੇਂ ਦਿਖ ਰਿਹਾ, ਇੱਕ ਸਾਬਤ ਸੂਰਤ ਕਿਰਪਾਨ ਭਾਈ ਸਿੰਘ ਹੈਗਾ, ਉਹਦੀ ਅਸੀਂ ਵੀਡੀਓ ਵੀ ਚਲਾਈ ਹੈ, ਬਕਾਇਦਾ ਅਸੀਂ ਸਾਡੇ ਚੈਨਲ 'ਤੇ ਚੱਲ ਰਹੀ ਆ, ਉਹਨੂੰ ਉਹਨਾਂ ਨੇ ਪੁਲਿਸ ਦੇ ਹਵਾਲੇ ਕੀਤਾ, ਨਾਲ ਇੱਕ ਨਵੇਂ ਵਿਆਹੇ ਜੋੜੇ ਨੂੰ ਪੁਲਿਸ ਦੇ ਹਵਾਲੇ ਕੀਤਾ, ਤੇ ਆ ਦੱਸਿਆ ਜਾ ਰਿਹਾ ਕਿ ਬਈ ਇਹਨਾਂ ਦੇ ਪਿੱਛੇ ਉਹਨਾਂ ਦਾ ਹੱਥ ਹੈ। ਹੁਣ ਸਾਰੀ ਦੀ ਸਾਰੀ ਥਿਊਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਿਤ ਕੀਤੀ ਗਈ ਹੈ। ਇਹ ਸਾਰੀ ਥਿਊਰੀ ਵਿੱਚ ਆ ਕੇ ਫਿਰ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਖਿਲਾਫ ਸਿੱਖਾਂ ਨੂੰ ਹੀ ਦੋਸ਼ੀ ਗਰਦਾਨ ਦਿੱਤਾ ਗਿਆ, ਇਹ ਆਪਣੇ ਆਪ ਵਿੱਚ ਬੜੀ ਵੱਡੀ ਕਾਰਵਾਈ ਹੈ, ਛੋਟੀ ਕਾਰਵਾਈ ਨਹੀਂ ਹੈ, ਤੇ ਇਹ ਫਿਰ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀ ਇਹ ਕਾਰਵਾਈ ਦਾ ਇੱਕ ਹਿੱਸਾ ਬਣ ਗਿਆ, ਅਗਲੀ ਕੜੀ ਬਣ ਗਈ। ਹਾਲੇ DGP ਸਾਹਿਬ ਕਹਿ ਰਹੇ ਨੇ ਅਸੀਂ 5 ਬੰਦਿਆਂ ਦਾ ਗਰੋਹ ਫੜ ਲਿਆ, 5 ਅੱਤਵਾਦੀ ਸੰਗਠਨ ਦੇ ਮੈਂਬਰ ਨੇ ਬੜੇ, ਉਹ ਫਿਰ ਗੱਲ ਉੱਥੇ ਦੀ ਉੱਥੇ ਹੀ ਆਉਣ ਪਈ ਹੈ ਕਿ ਮੁੜ ਕੇ ਸੂਈ ਫਿਰ ਸਿੱਖਾਂ ਦੇ ਉੱਤੇ ਹੀ ਲਿਆ ਕੇ ਖੜੀ ਕਰ ਦਿੱਤੀ ਜਾਂਦੀ ਹੈ। ਅਤੇ ਇਹ ਜਿਹੜਾ ਸਾਰਾ ਕੁਛ ਹੋ ਰਿਹਾ, ਇਹ ਸਾਰਾ ਕੁਛ ਜਾਂ ਤਾਂ ਆਪਣੇ ਆਪ ਵਿੱਚ ਮੁਕੰਮਲ ਤੌਰ 'ਤੇ ਸ਼ੱਕੀ ਹੈ, ਜਾਂ ਫਿਰ ਮੁਕੰਮਲ ਤੌਰ 'ਤੇ ਕਰਵਾਇਆ ਗਿਆ। ਹੁਣ ਕਰਵਾਇਆ ਕਿਸ ਤੋਂ ਗਿਆ, ਉਹ ਬੰਦੇ ਵੀ ਸਾਹਮਣੇ ਆਉਣੇ ਚਾਹੀਦੇ ਨੇ
क्योंकि इस ढंग नाल सिख ही दरबार साहब के इर्द गिर्द धमाके करनगे यह गल मनी नहीं जा सकती। बिल्कुल जी बिल्कुल, सिख करनगे यह भी नहीं मनी जा सकती। श्रोमणी गुरुद्वारा प्रबंधक कमेटी नूं अपनी पुछ पड़ताल करन तो बाद बंदे पुलिस दे हवाले करने चाहिए सी, ओह भी हुण चुप ने। धामी साहब ने अपनियां दो इंटरव्यू बना लईयां ने, अपनी पिट थपथपा ली है, पर धामी साहब भुल जांदे ने कि वह पिट थपथपाउंदे होए मुड़ उस मक्कड़ जाल विच कौम नूं फसा गए ने कि सिखां दे खिलाफ सिखां नूं ही वरत्या जांदा ते सिख संस्थावां ही खड़ियां कीतियां जांदियां ने ते दोषी भी सिखां नूं ही साबित कर दिता जांदा। गल तां फिर तेरी उत्थी आ गई जी, ते मैं इस दी निरपक्ष जांच चाहुंदा। ਤੁਸੀਂ ਜਿਵੇਂ ਗੱਲਾਂ ਕਹੀਆਂ ਨੇ, ਪਰ ਅਪਰਾਧ ਦੀ ਦੁਨੀਆ ਦੇ ਵਿੱਚ ਇਹੋ ਜਿਹੀ ਸਧਾਰਨ ਜੀ ਕਹਾਣੀ ਮੰਨਣ 'ਚ ਨਹੀਂ ਆਉਂਦੀ ਜਿਹਦੇ ਨਾਲ ਵੀ ਕਿਤੇ ਨਾਲ ਗੱਲ ਕੀਤੀ ਜਾਂਦੀ ਹੈ। ਇਸ ਵਾਕਿਆ ਤੋਂ ਬਾਅਦ ਜਾਂ ਪਿਛਲੇ ਵਾਕਿਆ ਤੋਂ ਬਾਅਦ ਜੋ ਵੀ ਅਸੀਂ ਵੀ ਗੱਲਾਂ ਕੀਤੀਆਂ, ਇਹ ਅਪਰਾਧ ਦੀ ਜਿਹੜੀ ਦੁਨੀਆ ਉਹਦੇ ਵਿੱਚ ਇਹ ਗੱਲਾਂ ਬੜੀਆਂ ਜਿਵੇਂ ਉਹ ਕਹਿੰਦੇ ਕੋਈ ਕਹਾਣੀ ਸੁਣਾ ਰਿਹਾ। ਇਹ ਇਹ ਤਾਂ ਜੀ ਲਿਖੀ ਲਿਖਾਈ ਇੱਕ ਕਹਾਣੀ ਲੱਗਦੀ ਹੈ, ਜਿਵੇਂ ਸਕ੍ਰਿਪਟਡ ਸਾਰੀਆਂ ਗੱਲਾਂ ਨੇ, ਇਹ ਉਵੇਂ ਦੀ ਹੀ ਕਹਾਣੀ ਹੈ। ਮੈਂ ਸਵੇਰੇ ਵੀ ਆਪਣੀ ਵੀਡੀਓ ਲਾਈਵ ਵੀਡੀਓ ਵਿੱਚ ਵੀ ਕਿਹਾ, ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਜਿਵੇਂ ਪਹਿਲਾਂ ਇੱਕ ਘੜੀ ਕਢਾਈ ਥਿਉਰੀ 'ਤੇ ਪੁਲਿਸ ਚੱਲਦੀ ਸੀ ਕਿ ਨਾਕਾ ਲੱਗਿਆ ਹੋਇਆ ਸੀ, ਮੋਟਰ ਸਵਾਰ ਮੋਟਰਸਾਈਕਲ ਸਵਾਰ ਆ, ਫਲਾਣੇ ਸਵਾਰ ਬੰਦੇ ਆਏ, ਪੁਲਿਸ ਨੇ ਰੋਕਿਆ, ਉਹਨਾਂ ਨੇ ਗੋਲੀ ਚਲਾ ਤੀ, ਪੁਲਿਸ ਨੇ ਜਵਾਬੀ ਗੋਲੀ ਚਲਾਈ, ਬੰਦੇ ਮਾਰੇ ਗਏ। ਇਹ ਜਿਹੜੀਆਂ ਘੜੀਆਂ ਕਢਾਈਆਂ ਪਹਿਲਾਂ ਲੱਗੀਆਂ ਕਹਾਣੀਆਂ ਸੀ, ਠੀਕ ਉਵੇਂ ਦੀ ਹੀ ਇਹ ਕਹਾਣੀ ਬਣਾਈ ਗਈ ਐਸ ਜੀ ਪੀ ਸੀ ਅਤੇ ਪੁਲਿਸ ਵੱਲੋਂ ਮਿਲ ਕੇ, ਅਤੇ ਹਜ਼ਮ ਤਾਂ ਨਹੀਂ ਹੋ ਰਹੀ ਜੀ, ਬਿਲਕੁਲ ਵੀ ਨਹੀਂ ਹੋ ਰਹੀ, ਹੋਣੀ ਚਾਹੀਦੀ ਵੀ ਨਹੀਂ। ਇਹਦੀ ਪੂਰੀ ਤਸੱਲੀ ਬਖਸ਼ ਜਾਂਚ ਹੋਣੀ ਚਾਹੀਦੀ ਹੈ। ਮੈਂ ਇਸ ਚੀਜ਼ ਨੂੰ ਮੰਨਣ ਤਿਆਰ ਨਹੀਂ ਹਾਂ ਕਿ ਕੋਈ ਵੀ ਸਿਰਫਿਰਾ ਵਿਅਕਤੀ, ਕੋਈ ਵੀ ਸਿਰਫਿਰਾ ਹੋਵੇ, ਜੇ ਉਹਨੇ ਅੰਮ੍ਰਿਤ ਛਕਿਆ ਹੋਇਆ ਤੇ ਉਹੀ ਦਰਬਾਰ ਸਾਹਿਬ ਵਿੱਚ ਆ ਕੇ ਧਮਾਕੇ ਕਰੇਗਾ। ਇਹ ਤਾਂ ਉਵੇਂ ਦੀ ਗੱਲ ਹੋ ਗਈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵੀ ਹੁਣ ਕਿਸੇ ਨੂੰ ਪਾਗਲ ਕਹਿ ਕੇ, ਕਿਸੇ ਨੂੰ ਕੁਛ ਕਹਿ ਕੇ ਸਿੱਖ ਭੇਸ ਵਿੱਚ ਕਰਾਈ ਜਾਂਦੇ ਨੇ, ਜਿਵੇਂ ਮੋਰਿੰਡਾ 'ਚ ਹੋਇਆ ਤੇ ਫਿਰ ਬੰਦੇ ਮਾਰ ਦਿੱਤੇ ਜਾਂਦੇ ਨੇ। ਇਹ ਚੀਜ਼ਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਸੇ ਬਹੁਤ ਵੱਡੇ ਸ਼ੱਕ ਨੂੰ ਜਨਮ ਦਿੰਦੀਆਂ ਨੇ, ਸਵੀਕਾਰ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਜੋ ਘਟਨਾਕ੍ਰਮ ਵਾਪਰਿਆ ਉਹਦੇ ਆਪਣੇ ਤੌਰ 'ਤੇ ਥੋੜ੍ਹਾ ਜਿਹਾ ਉਹਦਾ ਘਟਨਾਕ੍ਰਮ ਦਾ ਪੋਸਟਮਾਰਟਮ ਕਰਦੇ ਹਾਂ ਕਿ ਕੋਈ ਬੰਦਾ ਧਮਾਕਾ ਕਰਕੇ ਬਾਅਦ 'ਚ ਜਾ ਕੇ ਸੌਂ ਸਕਦਾ ਆਰਾਮ ਨਾਲ, ਜਾਂ ਉੱਥੇ ਹੀ ਕਿਤੇ ਨੇੜੇ ਤੇੜੇ ਸੌਂ ਸਕਦਾ। ਦੇਖੋ ਜੋ ਥਿਉਰੀ ਮੈਂ ਤਾਂ ਤੁਹਾਨੂੰ ਕਹੀ ਹੈ ਜੀ, ਸਾਰੀ ਕਹਾਣੀ ਦੀ ਕਹਾਣੀ ਲਿਖੀ ਲਿਖਾਈ ਕਹਾਣੀ ਹੈ। ਹੁਣ ਪੁਲਿਸ ਕਰ ਰਹੀ ਹੈ, ਐਸ ਜੀ ਪੀ ਸੀ ਦਾ ਪ੍ਰਧਾਨ ਕਹਿ ਰਿਹਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰਨੀ ਸਿੰਘ ਸਾਹਿਬਾਨ ਦੇ ਵੀ ਬਿਆਨ ਆ ਗਏ ਨੇ। ਹੁਣ ਜਿਸ ਵੇਲੇ ਇੱਥੇ ਸਾਰੀਆਂ ਚੀਜ਼ਾਂ ਇਕੱਠੀਆਂ ਇੱਕੋ ਸੁਰ ਵਿੱਚ ਬੋਲ ਰਹੀਆਂ ਹੋਣ, ਅਤੇ ਉੱਥੇ ਜੇ ਅਸੀਂ ਆਪਣੇ ਲੌਜਿਕ ਪੈਦਾ ਕਰੀਏ ਤਾਂ ਕਿਸੇ ਨੇ ਨਹੀਂ ਸੁਣਨੇ, ਕਿਸੇ ਨੇ ਨਹੀਂ ਮੰਨੇ, ਕਿਉਂਕਿ ਨੈਸ਼ਨਲ ਅਖਬਾਰਾਂ ਅਤੇ ਪੰਜਾਬੀ ਦਾ ਮੀਡੀਆ ਉਸੇ ਚੀਜ਼ ਨੂੰ ਸਕ੍ਰਿਪਟਡ ਥਿਊਰੀ ਨੂੰ ਲੈ ਕੇ ਤੁਰ ਪਿਆ ਜੋ ਡੀ ਜੀ ਪੀ ਸਾਹਿਬ ਨੇ ਕਹੀ ਹੈ। ਉਹਨਾਂ ਨੂੰ ਕਿਸੇ ਨੇ ਇਹ ਸਵਾਲ ਵੀ ਨਹੀਂ ਕੀਤਾ ਕਿ ਵੀ ਪਹਿਲਾਂ ਤੁਹਾਡੀਆਂ ਥਿਊਰੀਆਂ ਵੱਖਰੀਆਂ ਸੀ ਅਤੇ ਹੁਣ ਵੱਖਰੀ ਕਿਵੇਂ ਆ ਗਈ, ਕਿਸੇ ਨੇ ਸਵਾਲ ਨਹੀਂ ਕੀਤਾ। ਐਸ ਜੀ ਪੀ ਸੀ ਨੇ ਵੀ ਜਿਹੜੇ ਬੰਦੇ ਫੜਾਏ ਨੇ ਉਹਨਾਂ ਦਾ ਪਹਿਲਾਂ ਤਫਤੀਸ਼ ਵਿੱਚ ਕੋਈ ਵੀਡੀਓਗ੍ਰਾਫੀ ਕੀਤੀ ਨਹੀਂ ਕੀਤੀ। ਹੁਣ ਹਾਲੇ ਥੋੜ੍ਹੇ ਹੀ ਦੇਰ ਬਾਅਦ ਹੀ ਤੁਸੀਂ ਦੇਖਿਆ ਜੇ, ਕਿਉਂਕਿ ਇਹ ਸਾਰਾ ਕੁਛ ਸਕ੍ਰਿਪਟਡ ਹੈ, ਕੁਛ ਐਸ ਜੀ ਪੀ ਸੀ ਦੇ ਪ੍ਰਧਾਨ ਨੇ ਕਿਹਾ ਵੀ ਕਾਗਜ਼ ਵੀ ਮਿਲੇ ਨੇ, ਹੁਣ ਉਹ ਕਾਗਜ਼ ਵੀ ਸਿੱਖਾਂ ਦੇ ਖਿਲਾਫ ਤਿਆਰ ਕਰ ਲਏ ਜਾਣਗੇ, ਵੱਡੀ ਸਾਜਿਸ਼ ਦਾ ਹਿੱਸਾ ਬਣਾ ਲਏ ਜਾਣਗੇ, ਉਹਦੇ 'ਚ ਕੁਛ ਹੋਰ ਸਿੱਖ ਇਨਵੋਲਵ ਕਰ ਲਏ ਜਾਣਗੇ, ਜਿਹੜੇ ਸਿੱਖ ਡਿਬਰੂਗੜ੍ਹ ਭੇਜੇ ਨੇ ਸ਼ਾਇਦ ਉਹਨਾਂ ਨੂੰ ਹੋਰ ਵੱਡੀ ਥਾਂ ਦਿਵਾਉਣ ਵਾਸਤੇ, ਉਹਨਾਂ ਨੂੰ ਸਿੱਖ ਕੌਮ ਦਾ ਹੋਰ ਵੱਡਾ ਹੀਰੋ ਬਣਾਉਣ ਵਾਸਤੇ ਉਹਨਾਂ ਨਾਲ ਵੀ ਗੱਲ ਜੋੜ ਦਿੱਤੀ ਜਾਵੇ, ਜਾਂ ਉਹਨਾਂ ਨੂੰ ਬਦਨਾਮ ਕਰਨ ਲਈ ਅਤੇ ਤਬਾਹ ਕਰਨ ਲਈ ਵੀ ਗੱਲ ਜੋੜ ਦਿੱਤੀ ਜਾਵੇ। ਇਹ ਕਿਸੇ ਤਰ੍ਹਾਂ ਦੀ ਵੀ ਕੁਛ ਵੀ ਕਹਾਣੀ ਕਿਸੇ ਪਾਸੇ ਵੀ ਲਿਜਾਈ ਸਾਹਿਬ ਜਾ ਸਕਦੀ ਹੈ, ਕਿਉਂਕਿ ਸਾਜਿਸ਼ ਸਕ੍ਰਿਪਟਡ ਹੈ। ਸਿੱਖਾਂ ਦੇ ਵਿੱਚੋਂ ਵੀ ਬਹੁਤ ਆਲਾ ਅਫਸਰ ਅੱਗੇ ਆਏ ਨੇ, ਰਿਟਾਇਰ ਹੋਏ ਨੇ,
ਕਿਸੇ ਦੇ ਦੋ ਤਿੰਨ ਜਣਿਆਂ ਦੀ ਵੱਡੇ ਸੀਨੀਅਰ ਅਫਸਰਾਂ ਦੀ ਕੋਈ ਇਹਨਾਂ ਦੀ ਆਪਣੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਸਿੱਟ ਬਿਠਾ ਕੇ ਕੋਈ ਇਸ ਤਰ੍ਹਾਂ ਦੀ ਕਮੇਟੀ ਬਣਾ ਕੇ ਕੋਈ ਜਾਂਚ ਕਰਾ ਸਕਦੀ ਕੋਈ ਅਖਤਿਆਰਾਤ ਹੈ ਨੀ ਕੋਈ? ਦੇਖੋ ਕਰਾਉਣ ਨੂੰ ਤਾਂ ਸਾਰਾ ਕੁਛ ਕਰਾ ਸਕਦੀ ਹੈ ਜੀ, ਜਿਸ ਵੇਲੇ ਬੰਦਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੜਿਆ ਤੇ ਫੜਨ ਤੋਂ ਪਹਿਲਾਂ ਔਰ ਦੇਣ ਤੋਂ ਪਹਿਲਾਂ 2-4 ਘੰਟਿਆਂ ਹੀ ਸਾਰਾ ਕੁਛ ਕਰ ਸਕਦੀ ਸੀ। ਜੇ 4-5 ਘੰਟਿਆਂ ਵਿੱਚ ਪੁਲਿਸ ਤਫਤੀਸ਼ ਕਰਕੇ DGP ਇੰਨਾ ਵੱਡਾ ਬਿਆਨ ਦੇ ਸਕਦਾ ਤੇ SGPC ਵਾਲੇ ਕਿਉਂ ਨਹੀਂ ਸੀ ਦੇ ਸਕਦੇ? ਪਰ ਜੇ ਕਰਨਾ ਚਾਹਣ ਉਹਨਾਂ ਨੇ ਤੇ ਆਪਣੀ ਸਕ੍ਰਿਪਟਡ ਪੂਰੀ ਦੀ ਪੂਰੀ ਸਕ੍ਰਿਪਟ ਨੂੰ DGP ਦੇ ਹਵਾਲੇ ਕਰ ਦਿੱਤਾ ਤੇ DGP ਦੀ ਸਕ੍ਰਿਪਟ ਨੂੰ ਆਪਣੇ ਹਵਾਲੇ ਕਰਕੇ ਤੇ ਇਕਮਿਕ ਹੋ ਗਏ ਨੇ। ਮੈਂ ਤਾਂ ਇਹੀ ਦੇਖ ਰਿਹਾ ਫਿਲਹਾਲ। ਇਹ ਸਾਰੇ ਐਪੀਸੋਡ ਨੂੰ ਜਦੋਂ ਸਟੱਡੀ ਕੀਤਾ ਜਾਂਦਾ, ਇਹਨਾਂ ਦਾ ਸਾਰਾ ਚੁਗਿਰਦਾ ਵੇਖ ਲਿਆ ਜਾਂਦਾ ਇਸ ਘਟਨਾਕ੍ਰਮ ਦਾ, ਤੇ ਇਸ ਤਰ੍ਹਾਂ ਨਹੀਂ ਲੱਗਦਾ ਕਿ ਕੋਈ ਇਸ ਤਰ੍ਹਾਂ ਦੇ ਲੋਕ ਸਿੱਖ ਸੰਸਥਾਵਾਂ ਤੇ ਉਹਨਾਂ ਲੋਕਾਂ ਨੂੰ ਬਿਰਾਜਮਾਨ ਕਰਦੇ ਆ ਕਿ ਜਾਂ ਤਾਂ ਤੁਸੀਂ ਇਹੋ ਜਿਹੀਆਂ ਘਟਨਾਵਾਂ ਤੇ ਅੱਖਾਂ ਮੀਟ ਜਾਣੀਆਂ, ਜੇ ਮਜਬੂਰੀ ਹੋਵੇ ਤੇ ਇਸ ਤਰ੍ਹਾਂ ਦੇ ਬਿਆਨ ਦੇਣੇ ਨੇ ਕਿ ਅਸੀਂ ਜੀ ਕਾਨੂੰਨ ਦੇ ਅਨੁਸਾਰ ਉਹਨਾਂ ਨੂੰ ਫੜਾ ਦਿੱਤਾ, ਹੁਣ ਪੁਲਿਸ ਜਾਣੇ ਅਸੀਂ ਬਰੀ ਹੋ ਗਏ। ਇਹੀ ਕੁਛ ਕੀਤਾ ਜਾ ਰਿਹਾ ਜੀ, ਜੋ ਭਾਵਨਾ ਤੁਸੀਂ ਵਿਅਕਤ ਕੀਤੀ ਹੈ ਇਹੀ ਕੁਛ ਕੀਤਾ ਜਾ ਰਿਹਾ ਤੇ 84 ਤੋਂ ਬਾਅਦ ਲਗਾਤਾਰ ਤਾਂ ਇਹੀ ਹੋ ਰਿਹਾ। ਮੈਂ ਇਹਦੇ ਨਾਲ ਜਦੋਂ ਇਹ ਬਾਰੇ ਸਵਾਲ ਸੋਚ ਰਿਹਾ ਸੀਗਾ ਤੇ ਮੈਨੂੰ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਘਟਨਾ ਚੇਤੇ ਆ ਗਈ, ਜਿਹੜਾ ਰੰਗੇ ਹੱਥੀਂ ਫੜ ਲਿਆ, ਉੱਥੇ ਬੇਅਦਬੀ ਕਰਦਾ ਨਾਲ ਹੀ ਕਾਬੂ ਕਰ ਲਿਆ। ਸਾਰਾ ਕੁਝ ਜਦੋਂ ਸਾਹਮਣੇ ਆ, ਅਪਰਾਧੀ ਸਾਹਮਣੇ, ਅਪਰਾਧ ਸਾਹਮਣੇ, ਅਪਰਾਧ ਕਰਨ ਦਾ ਜੋ ਉਹਦੀ ਪੂਰਾ ਘਟਨਾਕ੍ਰਮ ਵਾਪਰਿਆ ਸਾਹਮਣੇ ਆ, ਫਿਰ ਵੀ ਉਹਦਾ ਅੱਜ ਤੱਕ ਉਹਨੂੰ ਕੀ ਸਜ਼ਾ ਹੋਈ ਹੈ, ਉਹਦੀ ਕਾਨੂੰਨੀ ਪ੍ਰੋਸੈਸ ਕੀ ਹੈ? ਕਦੇ ਸਿੱਖ ਸੰਸਥਾਵਾਂ ਨੇ ਉੱਥੋਂ ਦੇ ਅਨੰਦਪੁਰ ਸਾਹਿਬ ਦੇ ਕਿਤੇ ਮੈਨੇਜਰ ਨੇ ਕਦੇ ਕੋਈ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕਰਕੇ ਅਪਡੇਟ ਨਹੀਂ ਦਿੱਤੀ? ਕਿਸੇ ਉੱਥੋਂ ਦੇ ਪੁਲਿਸ ਅਧਿਕਾਰੀ ਨੇ ਦਿੱਤੀ? ਤੇ ਇਹਦਾ ਵੀ 6-7 ਮਹੀਨਿਆਂ ਬਾਅਦ ਇਹੋ ਕੁਝ ਹੀ ਹੋ ਜਾਏਗਾ? ਤੁਸੀਂ 6-7 ਮਹੀਨਿਆਂ ਦੀ ਤੇ ਗੱਲ ਨਾ ਛੱਡੋ, ਪਰ ਕਿਉਂਕਿ ਇਸ ਮਾਮਲੇ ਵਿੱਚ ਸਾਜਿਸ਼ ਵਡੇਰੀ ਹੈ, ਸਿੱਖਾਂ ਦੇ ਖਿਲਾਫ ਹੈ, ਸਿੱਖ ਹੀ ਅੱਤਵਾਦੀ ਫਿਰ ਬਣਾ ਲਏ ਗਏ ਨੇ। ਮਾਮਲਾ ਦਰਬਾਰ ਸਾਹਿਬ ਦਾ, ਮਾਮਲਾ ਅੰਮ੍ਰਿਤਪਾਲ ਸਿੰਘ ਨਾਲ ਜੋੜਿਆ ਜਾਏਗਾ, ਮੈਂ ਸਿੱਧਾ ਨਾਂ ਲੈ ਕੇ ਹੁਣ ਕਹਿ ਰਿਹਾ, ਤੇ ਮਾਮਲੇ ਨੂੰ ਕਿਸੇ ਹੋਰ ਦਿਸ਼ਾ ਵੱਲ, ਹੋਰ ਕਿਸੇ ਦਸ਼ਾ ਤੱਕ ਕੌਮ ਨੂੰ ਪਹੁੰਚਾਉਣ ਵਾਸਤੇ ਵਧਾਇਆ ਜਾਵੇਗਾ। ਇਹ ਸਾਰੇ ਖਦਸ਼ੇ ਮੌਜੂਦ ਨੇ ਜੀ। ਅਸੀਂ ਜਦੋਂ ਥੋੜ੍ਹਾ ਜਿਹਾ ਅਤੀਤ 'ਚ ਚੱਲਦੇ ਹਾਂ ਜੀ, ਇਹ ਗੱਲ ਇੰਨੇ ਕੁ 2-4 ਲਫ਼ਜ਼ਾਂ ਵਿੱਚ ਛੱਡਣ ਵਾਲੀ ਨਹੀਂ ਹੈਗੀ। ਅਸੀਂ ਸਾਡੇ ਸਵੇਰ ਦਰਸ਼ਕਾਂ ਦੀਆਂ ਵੀ ਇਸ ਤਰ੍ਹਾਂ ਦੀਆਂ ਖਾਹਿਸ਼ਾਂ ਹੁੰਦੀਆਂ ਨੇ ਕਿ ਇਹਦੀ ਤਹਿ ਤੱਕ ਜਾਇਆ ਹੁੰਦਾ ਕੀ ਹੈ। ਆਪਾਂ ਥੋੜ੍ਹਾ ਅਤੀਤ ਦੇ ਵਿੱਚ ਚੱਲਦੇ ਹਾਂ, ਬਲੈਕ ਥੰਡਰ ਆਪਰੇਸ਼ਨ ਹੋਇਆ ਸੀ, ਕਿਤਾਬਾਂ ਬੜੀਆਂ ਉਹਦੀਆਂ ਲਿਖੀਆਂ ਗਈਆਂ ਉਹਦੇ ਬਾਰੇ 'ਚ, ਉਦੋਂ ਅਖਬਾਰਾਂ ਦੇ ਵਿੱਚ ਬੜਾ ਤੁਲਨਾਤਮਕ ਅਧਿਐਨ ਜਿਹੜਾ, ਉਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਉਹਨਾਂ ਦੇ ਬਾਰੇ 'ਚ, ਜਿਹੜੇ ਕਿੰਤੂ ਪਰੰਤੂ ਬਾਅਦ ਦੇ ਵਿੱਚ ਸਾਹਮਣੇ ਆਏ, ਸਰਕਾਰ ਦੇ ਕੁਛ ਹੋਰ ਸਨ, ਦੂਜਿਆਂ ਦੇ ਕੁਛ ਹੋਰ ਸਨ, ਸੱਚਾਈ ਫਿਰ ਕੁਛ ਹੋਰ ਨਿਕਲੀ, ਇਹ ਵੀ ਕੁਛ ਏਦਾਂ ਦਾ ਕੋਈ ਨਿੱਕਾ ਮੋਟਾ ਬਲੈਕ ਥੰਡਰ ਵੱਲ ਨੂੰ ਨਹੀਂ ਜਾਂਦਾ ਹੈ? ਨਹੀਂ, ਹੁਣ ਕਿਤੇ ਹੋਰ ਵੱਡੀ ਸਾਜਿਸ਼ ਵੱਲ ਜਾਂਦਾ ਜੀ। ਮੈਂ ਬਲੈਕ ਥੰਡਰ ਵੱਲ ਨਹੀਂ ਲੈ ਜਾਂਦਾ, ਕਿਉਂਕਿ ਇਹਦੇ ਨਾਲ ਬਲੈਕ ਥੰਡਰ ਵਿੱਚ ਸ਼ਾਮਲ ਸਾਰੀਆਂ ਹੀ ਤਾਕਤਾਂ ਹੁਣ ਫਿਰ SGPC ਅਤੇ ਸਰਕਾਰ ਨਾਲ ਇੱਕ ਮਿਕ ਨੇ ਰਲੀਆਂ ਹੋਈਆਂ ਨੇ, ਠੀਕ ਆ ਨਾ ਜੀ, ਪਾਣੀ ਵਾਂਗ ਪਾਣੀ 'ਚ ਸਮਾਈਆਂ ਹੋਈਆਂ ਨੇ ਇਹ ਸਾਰੀਆਂ ਤਾਕਤਾਂ। ਪਰ ਬਲੈਕ ਥੰਡਰ ਵੀ ਫੇਲ ਹੋ ਗਿਆ, ਓਪਰੇਸ਼ਨ SOP ਵੀ ਫੇਲ ਹੋ ਗਿਆ, ਉਸ ਤੋਂ ਪਹਿਲਾਂ ਓਪਰੇਸ਼ਨ ਬਲੈਕ ਥੰਡਰ 1 ਵੀ ਫੇਲ ਹੋ ਗਿਆ, ਤੇ ਇਹਨਾਂ ਤੋਂ ਮੈਨੂੰ ਲੱਗਦਾ ਭਾਰਤ ਦੀਆਂ ਸੂਈਆਂ ਏਜੰਸੀਆਂ ਨੇ ਬਹੁਤ ਕੁਛ ਸਿੱਖ ਲਿਆ ਹੋਣਾ ਤੇ ਉਹ ਹੁਣ ਇੱਕ ਨਵੇਂ ਓਪਰੇਸ਼ਨ ਨੂੰ ਓਪਰੇਟ ਕਰ ਰਹੀਆਂ ਨੇ, ਜਿਹੜਾ ਕਿ ਹਲੇ ਤੱਕ ਪ੍ਰਤੱਖ ਰੂਪ ਵਿੱਚ ਕਿਸੇ ਨੂੰ ਸਮਝ ਨਹੀਂ ਆਇਆ, ਪਰ ਪ੍ਰਤੱਖ ਰੂਪ ਵਿੱਚ ਜਿਹੜੀਆਂ ਕਾਰਵਾਈਆਂ ਕਰਵਾਈਆਂ ਜਾ ਰਹੀਆਂ ਨੇ ਇਹ ਬਹੁਤ ਕੁਛ ਬਿਆਨ ਦੀਆਂ ਪਈਆਂ ਨੇ। ਸਿੱਖ ਬੁੱਧੀਜੀਵੀਆਂ ਨੂੰ ਹੁਣ ਚਾਹੀਦਾ ਕਿ ਸਿਰ ਨਾਲ ਸਿਰ ਜੋੜ ਕੇ ਬੈਠਣ ਅਤੇ ਇਹਨਾਂ ਘਟਨਾਵਾਂ ਨੂੰ ਐਵੇਂ ਨਾ ਆਈ ਜਾਈ ਚਲਾਈ 'ਚ ਨਾ ਜਾਣ ਦੇਣ, ਇਹਨਾਂ ਦਾ ਨਿਰੀਖਣ ਪ੍ਰੀਖਣ ਕਰਨ, ਪੜਚੋਲ ਕਰਨ ਤੇ ਕੌਮ ਨੂੰ ਸਹੀ ਸੇਧ ਦੇਣ। ਚਲੋ, ਉਹ ਤੇ ਜਦੋਂ 1-2 ਦਿਨਾਂ 'ਚ ਜਾਂ ਜਦੋਂ ਵੀ ਉਹਨਾਂ ਦਾ ਮਨ ਕਰੇਗਾ ਬੈਠਾਂਗੇ, ਅਸੀਂ ਤੁਹਾਡੇ ਨਾਲ ਇਹਦੀ ਚਰਚਾ ਕਰਦੇ ਹਾਂ ਭਈ ਫਿਰ ਕੀ ਕਰਨਾ ਲੋੜੀਂਦਾ ਕਿ ਸੁਚੇਤ ਹੋਇਆ ਜਾਵੇ
ਇਹੋ ਜਿਹੀਆਂ ਘਟਨਾਵਾਂ ਦਾ ਫਿਰ ਮਤਲਬ ਕਿ ਜਿਹੜਾ ਕੋਈ ਸੋਚਦਾ ਉਹਦੀ ਸੋਚ ਹੀ ਉਹਨੂੰ ਡਰਾਉਣ ਲੱਗ ਪਏ ਕਿ ਉੱਥੇ ਇਸ ਤਰ੍ਹਾਂ ਹੁੰਦਾ ਏਦਾਂ ਨਹੀਂ ਕਰਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਬੜੇ ਲੰਮੇ ਸਮੇਂ ਤੋਂ ਕਰ ਰਹੇ ਹਾਂ, ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਦੀ ਅਤੇ ਸਰਵ ਦਰਬਾਰ ਸਾਹਿਬ ਦੀ ਰੱਖਿਆ ਲਈ ਕੁਛ ਪ੍ਰਬੰਧ ਕਰਨੇ ਚਾਹੀਦੇ ਨੇ। ਉਹਨਾਂ 'ਚ ਸਕੈਨਰ ਵੀ ਲਾਉਣੇ ਚਾਹੀਦੇ ਨੇ, ਉਹਨਾਂ 'ਚ ਬਾਰੂਦ ਸੁੰਘਣ ਵਾਲੇ ਡਾਗ ਸਕੁਆਡ ਵੀ ਚਾਹੀਦੇ ਨੇ, ਸਮਾਨ ਦੀ ਸਕੈਨਿੰਗ ਵਾਸਤੇ ਵੀ ਚਾਹੀਦੇ ਨੇ, ਬੰਦਿਆਂ ਦੀ ਸਕੈਨਿੰਗ ਵਾਸਤੇ ਵੀ ਚਾਹੀਦੇ ਨੇ। ਹੁਣ ਦਰਅਸਲ ਇਹਨਾਂ ਸਾਰੀਆਂ ਚੀਜ਼ਾਂ ਬੜੇ ਸੈਂਸਿਟਿਵ ਇਸ਼ੂ ਨੇ, ਇਹਨਾਂ ਸਾਰੀਆਂ ਹੀ ਚੀਜ਼ਾਂ ਦੀ ਨਖੇਦੀ ਸਿੱਖ ਕੌਮ ਕਰਦਾ ਆਇਆ ਕਿ ਦਰਬਾਰ ਸਾਹਿਬ ਦੇ ਇਰਦ ਗਿਰਦ ਇਹ ਚੀਜ਼ਾਂ ਨਹੀਂ ਹੋ ਸਕਦੀਆਂ। ਆਉਣ ਜਾਣ ਦੀ ਸੁਤੰਤਰਤਾ ਹੈਗੀ ਆ ਅਤੇ ਉਹ ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਪੁੱਛ ਪੜਤਾਲ ਅਤੇ ਚੈਕਿੰਗ 'ਚੋਂ ਨਹੀਂ ਜਾਣੇ ਚਾਹੀਦੇ। ਆਮ ਤੌਰ 'ਤੇ ਸਿੱਖ ਮਾਨਸਿਕਤਾ ਇਸ ਚੀਜ਼ ਦੀ ਰਹੀ ਹੈ, ਪਰ ਆਹ ਜਿਹੜੇ ਹੁਣ ਹਾਲਾਤ ਕ੍ਰੀਏਟ ਹੁੰਦੇ ਜਾ ਰਹੇ ਨੇ, ਇਹ ਹਾਲਾਤ ਇਹਨਾਂ ਚੀਜ਼ਾਂ 'ਚੋਂ ਸਿੱਖਾਂ ਦੀ ਮਾਨਸਿਕਤਾ ਨੂੰ ਬਾਹਰ ਲਿਆਉਣ ਵਾਸਤੇ ਮੇਰੇ ਖਿਆਲ 'ਚ ਕੰਮ ਕਰਨਗੇ ਕਿ ਹੁਣ ਸਿੱਖ ਇਹ ਸੋਚਣਾ ਸ਼ੁਰੂ ਕਰਨਗੇ ਕਿ ਬਈ ਸਕੈਨਰ ਵੀ ਹੋਏ, ਮੈਟਲ ਡਿਟੈਕਟਰ ਵੀ ਹੋਣ, ਬਾਕੀ ਸਾਰਾ ਕੁਛ ਵੀ ਹੋਵੇ ਅਤੇ ਸੰਗਤ ਦੀ ਪੁੰਨ ਛਾਣ ਹੋ ਕੇ ਸੰਗਤ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਜਾਏ। ਸਿੱਖਾਂ ਦਾ ਦਿਮਾਗ ਇਸ ਪਾਸੇ ਲਿਜਾਇਆ ਜਾ ਰਿਹਾ, ਜੇ ਦਿਮਾਗ ਇਸ ਪਾਸੇ ਚਲਾ ਜਾਂਦਾ, ਜਿਵੇਂ ਹੁਣ ਹਰ ਸਿੱਖ ਹਰ ਜਣਾ ਖਾਣਾ ਬੰਦਾ ਵੀ ਅਤੇ ਰਾਈਟਰ ਵੀ ਅਤੇ ਬੁੱਧੀਜੀਵੀ ਵੀ ਇਹ ਗੱਲਾਂ ਕਰਨ ਲੱਗ ਗਏ ਨੇ, ਅਤੇ ਇਸ ਦਾ ਮਤਲਬ ਸਪੱਸ਼ਟ ਹੈਗਾ ਕਿ ਸਿੱਖ ਆਪਣੇ ਕੇਂਦਰੀ ਸਥਾਨ ਦੀ ਰੱਖਿਆ ਨੂੰ ਲੈ ਕੇ ਚਿੰਤਾਤੁਰ ਹੋ ਕੇ ਉਸ ਕੇਂਦਰੀ ਸਥਾਨ ਵੱਲੋਂ ਪ੍ਰਦਾਨ ਕੀਤੀ ਗਈ ਸੁਤੰਤਰਤਾ ਦੇ ਖਿਲਾਫ ਭੁਗਤਣ ਨੂੰ ਮਨੋਵਿਗਿਆਨਿਕ ਤੌਰ 'ਤੇ ਤਿਆਰ ਕਰ ਦਿੱਤਾ ਗਿਆ। ਇਸਦਾ ਇੱਕ ਇਹ ਪੱਖ ਵੀ ਹੈਗਾ, ਪਰ ਇਸਦੇ ਬੜੇ ਡੂੰਘੇ ਨਤੀਜੇ ਨਿਕਲਣਗੇ, ਨਾਨਕਸ਼ਾਹੀ ਪ੍ਰਣਾਲੀ ਦੇ ਬੜੇ ਖਿਲਾਫ ਜਾਣਗੇ, ਅਤੇ ਸਿੱਖਾਂ ਨੂੰ ਤਾਂ ਕੁਛ ਨਵਾਂ ਸੋਚਣਾ ਪੈਣਾ, ਨਵਾਂ ਕਰਨਾ ਪੈਣਾ, ਨਵੇਂ ਢੰਗ ਨਾਲ ਸੁਰੱਖਿਆ ਨੂੰ ਅੰਜਾਮ ਦੇਣਾ ਪੈਣਾ। ਇਸ ਵਿੱਚ ਸਮਾਜਿਕ ਤੌਰ 'ਤੇ ਉਹਨਾਂ ਪਰਿਵਾਰਾਂ ਦਾ ਜਾਂ ਉਹਨਾਂ ਬੱਚਿਆਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਜਿਹੜੇ ਕਿ ਦਰਬਾਰ ਸਾਹਿਬ ਵਿੱਚ ਅਜਿਹੀਆਂ ਹਰਕਤਾਂ ਕਰ ਰਹੇ ਨੇ ਜਾਂ ਇਰਦ ਗਿਰਦ ਕਰ ਰਹੇ ਨੇ, ਜਾਂ ਸਿੱਖ ਕੌਮ ਦਾ ਹੋ ਕੇ ਸਿੱਖਾਂ ਦੇ ਖਿਲਾਫ ਅਜਿਹੀਆਂ ਕਾਰਵਾਈਆਂ ਕਰ ਰਹੇ ਨੇ ਬਿਨਾਂ ਸੋਚੇ ਸਮਝੇ ਕਿ ਇਹਦੇ ਅੰਜਾਮ ਕੀ ਨਿਕਲਣੇ ਨੇ। ਅਤੇ ਮੈਨੂੰ ਲੱਗਦਾ ਸਿੱਖਾਂ ਨੂੰ ਨਿੱਠ ਕੇ ਬੈਠ ਕੇ ਸਿਰ ਨਾਲ ਸਿਰ ਜੋੜ ਕੇ ਬਹੁਤ ਕੁਛ ਨਿਰਣਾ ਕਰਨ ਦੀ ਲੋੜ ਆਉਣ ਪਈ ਹੈ। ਸਿੱਖ ਭਾਈਚਾਰੇ ਕੋਲ ਗੁਰਦੁਆਰਾ ਸਾਹਿਬ ਦੀ ਨੈੱਟਵਰਕਿੰਗ ਇੰਨੀ ਵਿਸ਼ਾਲ ਹੈ ਔਰ ਉਹਦੇ ਨਾਲ ਜੁੜੀਆਂ ਜਾਇਦਾਦਾਂ ਦੀ ਵੀ ਜਿਹੜੀ ਸੂਚੀ ਹੈ ਉਹ ਵੀ ਇੰਨੀ ਵਿਸ਼ਾਲ ਹੈ ਕਿ ਇਸ ਤਰੀਕੇ ਦੇ ਜਿਹੜੇ ਤੁਸੀਂ ਢੰਗ ਤਰੀਕੇ ਸਾਨੂੰ ਸਮਝਾਏ ਨੇ ਕਿ ਤੁਹਾਨੂੰ ਲੱਗਦਾ ਕਿ ਏਡੀ ਵੱਡੀ ਨੈੱਟਵਰਕਿੰਗ ਦੇ ਵਿੱਚ ਫਿਰ ਇੰਨਾ ਵੱਡਾ ਕੰਮ ਹੋ ਸਕਦਾ? ਕੱਲ੍ਹ ਨੂੰ ਕੋਈ ਹੋਰ ਵੀ ਗੁਰਦੁਆਰਾ ਸਾਹਿਬਾਨ ਨੇ ਕਰ ਹੀ ਗਏ ਨੇ ਜੀ, ਅਗਲੇ ਨੈੱਟਵਰਕਿੰਗ ਤਾਂ ਸਾਰੀ ਮੌਜੂਦ ਹੀ ਆ ਨਾ, ਉਹਦੇ 'ਚ ਖਾਮੀਆਂ ਵੀ ਹਨ, ਖਾਮੀਆਂ ਉਜਾਗਰ ਹੋ ਗਈਆਂ, ਖਾਮੀਆਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੂਰ ਕਰਨ ਨੂੰ ਤਿਆਰ ਨਹੀਂ ਹੈ, ਉਹ ਸਿੱਖਾਂ ਨੂੰ ਬਲੇਮ ਕਰਨ ਲਈ ਹਮੇਸ਼ਾ ਰੈਡੀ ਰਹਿੰਦੀ ਹੈ, ਅਤੇ ਉਹਦਾ ਮੁੱਦਾ ਸਾਲਵ ਹੋ ਰਿਹਾ। ਜੇ ਉਹ ਖਾਮੀਆਂ ਦੂਰ ਕਰੇਗੀ ਤਾਂ ਫਿਰ ਉਹ ਆਪਣੇ ਮੁੱਦੇ ਨੂੰ ਕਿਵੇਂ ਸਾਲਵ ਕਰੇਗੀ? ਅਤੇ ਆ ਦੁਸ਼ਮਣ ਆਪਣੀ ਲੜਾਈ ਲੜਦਾ ਪਿਆ ਸਿੱਖੀ ਦੇ ਖਿਲਾਫ, ਅਤੇ ਸਿੱਖ ਸੰਸਥਾਵਾਂ ਅਤੇ ਜਜ਼ਬਾਤੀ ਸਿੱਖ ਜਾਂ ਖਾੜਕੂ ਸੁਰ ਵਾਲੇ ਸਿੱਖ ਸਿੱਖ ਦੁਸ਼ਮਣ ਤਾਕਤਾਂ ਦੀ ਵਿਉਂਤਬੰਦੀ ਦਾ ਸ਼ਿਕਾਰ ਬਣਦੇ ਜਾ ਰਹੇ ਨੇ। ਮੈਂ ਸਪੱਸ਼ਟ ਗੱਲ ਕਰਨਾ ਚਾਹੁੰਦਾ, ਤੁਸੀਂ ਇੱਕ ਥੋੜ੍ਹਾ ਜਿਹਾ ਛੋਟਾ ਸਵਾਲ ਹੋਰ ਇਹਦੇ ਮੁਤਲਕ ਕਰ ਲਿਆ ਜਾਵੇ ਕਿ ਤੁਸੀਂ ਸਿੱਖ ਮਨੋਵਿਗਿਆਨ ਦੀ ਗੱਲ ਕੀਤੀ, ਤੁਸੀਂ ਇਹ ਵੀ ਗੱਲ ਕੀਤੀ ਕਿ ਸਿੱਖ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਸਿਰ ਜੋੜ ਕੇ ਸੋਚਣਾ ਚਾਹੀਦਾ, ਉਹਨਾਂ ਦੇ ਵਿੱਚ ਅਸੀਂ ਸਾਰੇ ਜੇ ਤੁਸੀਂ ਇਸ ਨੂੰ ਕੋਈ ਫਲੈਟੀ ਨਾ ਸਮਝੋ, ਤੁਹਾਨੂੰ ਬਹੁਤ ਸਮਝਿਆ ਜਾਂਦਾ ਕਿ ਤੁਸੀਂ ਵੀ ਬਹੁਤ ਵਧੀਆ ਤਰੀਕੇ ਨਾਲ ਸੁਝਾਅ ਦਿੰਦੇ ਹੋ, ਥੋੜ੍ਹਾ ਮਨੋਵਿਗਿਆਨਿਕ ਤੌਰ 'ਤੇ ਕਿਵੇਂ ਸੁਚੇਤ ਕੀਤਾ ਜਾ ਸਕਦਾ ਸਾਰੇ ਸਿੱਖ ਭਾਈਚਾਰੇ ਨੂੰ? ਸਰਦਾਰ ਪ੍ਰਦੀਪ ਸਿੰਘ ਜੀ, ਸਿੱਖ ਭਾਈਚਾਰੇ ਨੂੰ ਹੁਣ
ਵਿਅਕਤੀਗਤ ਤੌਰ ਤੇ ਸੋਚਣਾ ਪੈਣਾ ਕਿ ਉਹਨਾਂ ਦੇ ਬੱਚੇ ਕਿਸ ਪਾਸੇ ਤੁਰ ਪਏ ਨੇ। ਉਸ ਦੇ ਰੀਜਨ ਹਰ ਪਰਿਵਾਰ ਦੇ ਵੱਖੋ ਵੱਖਰੇ ਨੇ, ਔਰ ਉਹਨਾਂ ਦੇ ਬੱਚੇ ਜਿਹੜੇ ਰਾਹ ਤੇ ਤੁਰੇ ਨੇ ਉਸਦੇ ਪਿੱਛੇ ਪਰਿਵਾਰਕ ਰੀਜਨ ਪਹਿਲਾਂ ਨੇ, ਫਿਰ ਦੂਸਰੀ ਥਾਂ ਤੇ ਆਉਂਦੇ ਨੇ ਸਮਾਜਕ ਰੀਜਨ। ਤੇ ਸਿੱਖ ਭਾਈਚਾਰੇ ਨੂੰ ਸਮਾਜਕ ਆਧਾਰ ਵਿੱਚੋਂ ਪੈਦਾ ਹੋਏ ਮੁੱਦਿਆਂ ਨੂੰ ਹੀ ਸਮਝਣਾ ਪੈਣਾ ਤੇ ਉਹਨਾਂ ਦੇ ਪ੍ਰਤੀ ਆਪਣੀ ਤੇ ਨੌਜਵਾਨਾਂ ਦੀ ਇੱਕ ਬੜੀ ਹੀ ਸੁਲਝੀ ਹੋਈ ਪ੍ਰਤੀਕਿਰਿਆ ਤਿਆਰ ਕਰਕੇ ਸਿਹਤ ਮਾਰਗ ਤੈਅ ਕਰਵਾਉਣਾ ਪੈਣਾ ਤੇ ਦੱਸਣਾ ਪੈਣਾ। ਤੀਸਰੀ ਗੱਲ ਹੈ ਪੰਥ ਦੇ ਨਮਿੱਤ ਸਿੱਖ ਕੌਮ ਦਾ ਬਜ਼ੁਰਗ ਤੇ ਜਵਾਨੀ ਤੇ ਬਚਪਨ ਤਿੰਨੋਂ ਚੀਜ਼ਾਂ ਔਰਤ ਵੀ ਤੇ ਮਰਦ ਵੀ ਹਰ ਤਰੀਕੇ ਨਾਲ ਪੰਥ ਨਾਲ ਜੁੜੇ ਨੇ, ਉਹ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਨੇ। ਪੰਥ ਦੀ ਚੜ੍ਹਦੀ ਕਲਾ ਕਿਵੇਂ ਹੋਏ ਸਭ ਦੇ ਵੱਖੋ ਵੱਖਰੇ ਖਿਆਲ ਨੇ। ਕੁਛ ਤਾਂ ਸੋਚਦੇ ਨੇ ਬਾਦਲ ਸਾਹਿਬ ਦੀ ਰਾਹ ਤੇ ਚੱਲ ਕੇ ਹੋ ਜਾਏਗੀ, ਉਹਨਾਂ ਦੇ ਪੁੱਤਰ ਸਾਹਿਬ ਵੀ ਕਹਿੰਦੇ ਨੇ ਕਿ ਹੁਣ ਅਸੀਂ ਬਾਦਲ ਸਾਹਿਬ ਦੇ ਰਾਹ ਤੇ ਤੁਰਾਂਗੇ, ਠੀਕ ਹੈ ਨਾ ਜੀ। ਕੁਛ ਕਹਿੰਦੇ ਨੇ ਬਾਦਲ ਸਾਹਿਬ ਨੇ ਤਬਾਹੀ ਬੜੀ ਕੀਤੀ ਜੀ, ਤੇ ਉਹਦਾ ਪੁੱਤਰ ਵੀ ਹੁਣ ਤਬਾਹੀ ਵਾਲੇ ਪਾਸੇ ਤੁਰੇਗਾ, ਬਾਦਲਾਂ ਤੁਹਾਡੀ ਨੀਤੀ ਅਖਤਿਆਰ ਕਰਨੀ ਚਾਹੀਦੀ ਹੈ। ਕੁਛ ਕਹਿੰਦੇ ਨੇ ਜੀ ਖਾਲਿਸਤਾਨ ਦੀ ਨੀਤੀ ਹੋਣੀ ਚਾਹੀਦੀ ਹੈ, ਕੁਛ ਕਹਿੰਦੇ ਨਾਰੇ ਖਾਲਿਸਤਾਨ ਦੇ ਮਾਰਦੇ ਨੇ ਪਰ ਉਹ ਢੰਗ ਤਰੀਕਾ ਸਾਰਾ ਹੀ ਸੰਵਿਧਾਨਕ ਮੰਨਦੇ ਨੇ ਤੇ ਉਂਜ ਨਾਰੇ ਭਾਰਤ ਤੋਂ ਅੱਡ ਹੋਣ ਦੇ ਲਾਉਂਦੇ ਨੇ ਪਰ ਉਹਨਾਂ ਦੇ ਕਰਮ ਜਿੰਨੇ ਵੀ ਨੇ ਉਹ ਇਲੈਕਸ਼ਨਾਂ ਭਾਰਤ ਦੇ ਅੰਦਰ ਰਹਿਣ ਲਈ ਜਿਉਂਦੇ ਨੇ, ਉਹ ਦੁਬਿਧਾ 'ਚ ਨੇ। ਸਿੱਖ ਮਾਨਸਿਕਤਾ ਵਲੂੰਦਰੀ ਪਈ ਹੈ, ਉਸ ਦੇ ਦਿਮਾਗ ਵਿੱਚ ਪਾਇਆ ਜਾ ਚੁੱਕਿਆ ਔਰ ਉਹ ਸਵੀਕਾਰ ਕਰ ਚੁੱਕੀ ਹੈ ਕਿ ਵੀ ਉਹਦੇ ਨਾਲ ਭਾਰਤ ਵਿੱਚ ਵਿਤਕਰਾ ਵੀ ਹੁੰਦਾ, ਭਾਰਤ ਉਹਨਾਂ ਨੂੰ ਅਸੈਪਟ ਵੀ ਨਹੀਂ ਕਰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਰਲ ਗੱਡ ਕਰਕੇ ਛੱਡ ਨਹੀਂ ਦੇਣਾ ਚਾਹੀਦਾ। ਇਹਨਾਂ ਸਾਰੀਆਂ ਚੀਜ਼ਾਂ ਦੇ ਔਰ ਇਹਨਾਂ ਸਾਰਿਆਂ ਮੁੱਦਿਆਂ ਦੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਕੱਢਣੇ ਚਾਹੀਦੇ ਨੇ ਅਤੇ ਹੱਲ ਲਿਖਤ ਬਤ ਸਾਹਮਣੇ ਲਿਆਉਣੇ ਚਾਹੀਦੇ ਨੇ ਅਤੇ ਉਹਨਾਂ 'ਤੇ ਸਿੱਖ ਕੌਮ ਨੂੰ ਸਾਰੇ ਹੀ ਮੁੱਦਿਆਂ 'ਤੇ ਇੱਕ ਹੋਣਾ ਪਏਗਾ। ਸਿੱਖ ਦੇਸ਼ ਤੁਹਾਡਾ ਹੋਣਾ ਚਾਹੁੰਦੇ ਨੇ ਨਹੀਂ ਹੋਣਾ ਚਾਹੁੰਦੇ ਇਸ ਮੁੱਦੇ 'ਤੇ ਇੱਕ ਹੋਣ, ਸਿੱਖ ਖਾਲਿਸਤਾਨ ਚਾਹੁੰਦੇ ਨੇ ਨਹੀਂ ਚਾਹੁੰਦੇ ਨੇ ਇਸ ਮੁੱਦੇ 'ਤੇ ਇੱਕ ਹੋਣ, ਫੈਸਲਾ ਹੁਣ ਘੜੀ ਆ ਗਈ ਹੈ, ਫੈਸਲਾ ਕਰਨ। ਸਿੱਖਾਂ ਨੂੰ ਨਾਨਕ ਸ਼ਾਹੀ ਪ੍ਰਣਾਲੀ ਦਾ ਰਾਜ ਚਾਹੀਦਾ ਨਹੀਂ ਚਾਹੀਦਾ, ਸਿੱਖਾਂ ਨੂੰ ਵਿਦ ਇਨ ਇੰਡੀਆ ਆਪਣੀ ਸਟੇਟ ਵਿੱਚ ਨਾਨਕ ਸ਼ਾਹੀ ਪ੍ਰਣਾਲੀ ਚਾਹੀਦੀ ਹੈ ਨਹੀਂ ਚਾਹੀਦੀ, ਰਾਜਨੀਤਿਕ ਬੜੇ ਨੇ ਨਾ ਜੀ। ਜੇ ਸਿੱਖਾਂ ਨਾਲ ਕਾਨੂੰਨੀ ਤੌਰ 'ਤੇ ਵਿਤਕਰਾ ਹੋ ਰਿਹਾ ਤਾਂ ਸਿੱਖਾਂ ਨੂੰ ਫਿਰ ਨਾਨਕ ਸ਼ਾਹੀ ਪ੍ਰਣਾਲੀ ਦਾ ਕੋਈ ਨਾਨਕੀ ਕਾਨੂੰਨ ਚਾਹੀਦਾ, ਪੰਜਾਬ ਵਿਧਾਨ ਸਭਾ ਕੀ ਉਹ ਬਣਾਏ, ਕਿਵੇਂ ਬਣਾਏ, ਕੀ ਕਰੇ, ਉਸ ਵਾਸਤੇ ਕਿਹੜੀ ਪਾਰਟੀ ਅੱਗੇ ਆਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਦੇ ਕੰਮ ਕਰ ਰਹੀ ਹੈ ਉਹ ਉਸ ਦੀ ਬਜਾਏ ਉਹਨੂੰ ਐਜੂਕੇਟਿਵ ਕੰਮ ਸਿੱਖਾਂ ਦੀ ਮਾਨਸਿਕਤਾ ਨੂੰ ਕ੍ਰੀਏਟ ਕਰਨ ਵਾਲੇ, ਸਿੱਖਾਂ ਦੀ ਮਾਨਸਿਕਤਾ ਨੂੰ ਇੱਕ ਦਿਸ਼ਾ ਦੇਣ ਵਾਲੇ ਕੰਮ ਕਰਨੇ ਚਾਹੀਦੇ ਨੇ। ਉਹਨਾਂ ਦਾ ਨੈਰੇਟਿਵ ਤੈਅ ਕਰਨਾ ਚਾਹੀਦਾ, ਨਾ ਕਿ ਸਿਰ ਗੋਲਕ ਦੇ ਪ੍ਰਬੰਧ ਵਿੱਚ ਪੈ ਜਾਏ। ਐਜੂਕੇਸ਼ਨ ਸਿੱਖਾਂ ਦੀ ਜਿਹੜੀ ਹੈਗੀ ਹੈ, ਖਾਲਸਾ ਕਾਲਜ ਜਿਹੜੇ ਨੇ, ਸਕੂਲ ਜਿਹੜੇ ਨੇ, ਉਹਨਾਂ ਵਿੱਚੋਂ ਸਿੱਖੀ ਦੀ ਐਜੂਕੇਸ਼ਨ ਹੀ ਮਨਫੀ ਕੀਤੀ ਹੋਈ ਹੈ। ਇਹੋ ਜਿਹੇ ਬੜੇ ਮੁੱਦੇ ਨੇ ਅਤੇ ਨੇਸ਼ਨ ਜਿਹੜੀ ਹੈਗੀ ਹੈ ਉਹ ਮਾਤਾ ਦੇ ਗਰਭ ਤੋਂ ਬਣਨੀ ਸ਼ੁਰੂ ਹੁੰਦੀ ਹੈ। ਪਹਿਲਾ ਸਕੂਲ ਨੇਸ਼ਨ ਦਾ ਮਾਂ ਹੁੰਦੀ ਹੈ, ਮਾਂ ਬੱਚੇ ਨੂੰ ਕਈਓ ਜਿਹੀ ਸਿੱਖਿਆ ਦਿੰਦੀ ਹੈ, ਸਲੀਕਾ ਦਿੰਦੀ ਹੈ, ਸਭਿਅਤਾ ਦਿੰਦੀ ਹੈ, ਨੇਸ਼ਨ ਉਸ ਤੋਂ ਡਿਵੈਲਪ ਹੁੰਦੀ ਹੈ। ਅਤੇ ਸਾਡੀ ਤਾਂ ਬੁਨਿਆਦੀ ਸੰਸਥਾ ਹੀ ਭਰਮਿਤ ਹੋਈ ਹੋਈ ਹੈ, ਟੁੱਟੀ ਹੋਈ ਹੋਈ ਹੈ, ਆਕੀ ਹੋਈ ਹੋਈ ਹੈ, ਉਹੀ ਆਪਣੇ ਨਾ ਧਰਮ ਪ੍ਰਤੀ, ਨਾ ਕੌਮ ਪ੍ਰਤੀ, ਨਾ ਪੰਥ ਪ੍ਰਤੀ ਸਮਰਪਿਤ ਹੀ ਨਹੀਂ ਹੈਗੀ। ਇਹ ਮੁੱਦੇ ਸਾਂਝੇ ਔਰ ਰਲ ਗੱਡ ਹੋ ਕੇ ਚੱਲਦੇ ਨੇ। ਇੱਕ ਤੰਦ ਨੂੰ ਫੜ ਕੇ ਤੁਸੀਂ ਨਹੀਂ ਕਹਿ ਸਕਦੇ ਕਿ ਅਸੀਂ ਸਾਰਾ ਕੁਛ ਸੁਲਝਾ ਲਿਆ, ਇਹ ਬੜੇ ਗੰਭੀਰ ਮੁੱਦੇ ਨੇ। ਇਹਨਾਂ ਭਾਂਤ ਭਾਂਤ ਦੇ ਮੁੱਦਿਆਂ ਨੂੰ ਫੜ ਕੇ ਇੱਕ ਥਾਂ ਤੇ ਕਰਨ ਤੇ ਜਿੰਨਾ ਵੇਲਾ, ਜਿੰਨਾ ਸਮਾਂ, ਜਿੰਨਾ ਸਰਮਾਇਆ ਜ਼ਾਇਆ ਹੋਣਾ ਜਾਂ ਉਹ ਤੋਂ ਵੱਖਰੀ ਗੱਲ ਨੂੰ ਪਾਸੇ ਕਰੋ, ਪਰ ਜਿਹੜਾ ਤਰਜੀਹੀ ਤੌਰ ਤੇ ਇੱਕ ਸਵਾਲ ਉੱਠਦਾ ਕਿ ਸਿੱਖ ਇਮੇਜ ਲਈ ਤਾਂ ਇਕੱਠਿਆ ਹੋਇਆ ਜਾ ਸਕਦਾ ਕਿ ਘੱਟੋ ਘੱਟ ਜਿਹੜਾ ਸਿੱਖੀ ਨੂੰ ਬਦਨਾਮ ਕਰਨ ਲਈ ਕੋਈ ਪਾਵਰ ਕੰਮ ਕਰਦੀ ਉਹਦੇ ਖਿਲਾਫ਼ ਤੇ ਖੜਿਆ ਹੋਇਆ ਜਾ ਸਕਦਾ। ਪੜ੍ਹਿਆ ਲਿਖਿਆ ਸਿੱਖਾਂ ਦੀ ਮਨੋਬਿਰਤੀ ਹੀ ਬਦਲ ਦਿੱਤੀ ਗਈ ਹੈ ਜੀ, ਐਸੀ ਸਭ ਤੋਂ ਵੱਧ ਦੋਸ਼ੀ ਪੜ੍ਹਿਆ ਲਿਖਿਆ ਸਿੱਖ ਹੈ। ਸਿੱਖਾਂ ਦੇ ਖਿਲਾਫ਼ ਪੜ੍ਹਿਆ ਲਿਖਿਆ ਸਿੱਖ ਹੀ ਸਭ ਤੋਂ ਜ਼ਿਆਦਾ ਬੋਲਦਾ, ਸਭ ਤੋਂ ਜ਼ਿਆਦਾ ਲਿਖਦਾ, ਸਭ ਤੋਂ ਜ਼ਿਆਦਾ ਪ੍ਰਸ਼ਨ ਖੜੇ ਕਰਦਾ, ਫਿਰ ਉਹਨਾਂ ਦੇ ਉੱਤਰ ਨਹੀਂ ਦਿੰਦਾ ਅਤੇ ਭੱਜ ਜਾਂਦਾ, ਇਸ਼ੂ ਖੜੇ ਕਰਦਾ। ਇਹ ਕਸੂਰ ਪੜ੍ਹੇ ਲਿਖੇ ਸਿੱਖਾਂ ਦਾ।
ਅੱਗੇ ਚੱਲਦੇ ਹਾਂ ਜੀ। ਅਸੀਂ ਜਿੰਨਾ ਕੁ ਹੋ ਗਿਆ ਅਸੀਂ ਘਟਨਾਕ੍ਰਮ ਨੂੰ ਵੱਧ ਤੋਂ ਵੱਧ ਉਸ ਉਹਦੇ ਪਹਿਲੂ ਛੋਣ ਦੀ ਕੋਸ਼ਿਸ਼ ਕੀਤੀ। ਸਾਡੇ ਸਵੇਰ ਪਾਠਕ ਸਾਨੂੰ ਦੱਸਣਗੇ ਕਿ ਹੋਰ ਕੀ ਕੀ ਸਾਡੇ ਲਈ ਸਵਾਲ ਤਬਸਰਾ ਕੀਤਾ ਜਾ ਸਕਦਾ। ਅਸੀਂ ਉਹਦੇ ਵੱਲ ਚੱਲਦੇ ਹਾਂ। ਸਰਦਾਰ ਇੰਦਰਪਾਲ ਸਿੰਘ ਜੀ, ਗੈਸ ਲੀਕ ਇੱਕ ਲੁਧਿਆਣੇ ਹੋਈ ਸੀ, ਉਹ ਅੰਡਰਗਰਾਊਂਡ ਪੋਲਿਊਸ਼ਨ ਦਾ ਮਾਮਲਾ ਇੰਨਾ ਕੁ, ਹੁਣ ਇੱਥੇ ਨੰਗਲ ਹੋ ਗਈ ਹੈ ਜੀ ਇੱਕ ਸਕੂਲ ਦੇ ਵਿੱਚ ਬੱਚਿਆਂ ਨੂੰ ਅਚਨਚੇਤੀ, ਫਿਰ ਚੰਗੀ ਭਲੀ ਕਲਾਸ ਦੇ ਵਿੱਚ ਸੀ ਅਤੇ ਉਹਨਾਂ ਨੂੰ ਭੇਜਿਆ ਗਿਆ ਹਸਪਤਾਲ ਦੇ ਵਿੱਚ। ਇਹ ਜ਼ਮੀਨ ਦੋ ਪ੍ਰਦੂਸ਼ਣ ਇੰਨਾ ਕੁ ਖਤਰੇ ਦੀ ਹੱਦ ਤੱਕ ਪਹੁੰਚ ਗਿਆ ਕਿ ਹੁਣ ਜਿਹੜਾ ਕਿਸੇ ਵੇਲੇ ਕਿਸੇ ਥਾਂ 'ਤੇ ਵੀ ਗੈਸ ਜਿਹੜੀ ਹੈ ਇਸ ਤਰ੍ਹਾਂ ਦਾ ਭਾਣਾ ਵਤਾ ਦਿੰਦੀ। ਇਹ ਚੀਜ਼ਾਂ ਸਪਸ਼ਟ ਕਰਦੀਆਂ ਨੇ ਜੀ, ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਪੂਰੇ ਤਰੀਕੇ ਨਾਲ ਭ੍ਰਿਸ਼ਟਾਚਾਰ ਵਿੱਚ ਗਰਕ ਹੋ ਚੁੱਕਾ। ਦੂਸਰੀ ਚੀਜ਼ ਹੈਗੀ ਹੈ ਕਿ ਪੰਜਾਬ ਦਾ ਇੰਡਸਟਰੀ ਡਿਪਾਰਟਮੈਂਟ ਵੀ ਗਰਕ ਹੋ ਚੁੱਕਾ। ਤੀਸਰੀ ਚੀਜ਼ ਇਹਦੇ 'ਚ ਹੈਗੀ ਹੈ ਕਿ ਪੰਜਾਬ ਸਰਕਾਰ ਦੀਆਂ ਆਪਣੀਆਂ ਕੋਈ ਸਪਸ਼ਟ ਨੀਤੀਆਂ ਨਹੀਂ ਹਨ। ਹਾਲੇ ਤੱਕ ਲੁਧਿਆਣਾ ਗੈਸ ਲੀਕੇਜ ਦਾ ਮਾਮਲਾ ਨਹੀਂ ਸੁਲਝਿਆ, ਬਿਲਕੁਲ ਬਿਲਕੁਲ ਨੰਗਲ ਵਾਲਾ ਸਾਹਮਣੇ ਆ ਗਿਆ। ਇਹ ਬਹਾਨੇ ਘੜਦੇ ਨੇ ਪਰ ਠੋਸ ਕਾਰਵਾਈ ਕੋਈ ਵੀ ਨਹੀਂ ਕਰਦੇ, ਅਤੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਹਰ ਫਰੰਟ 'ਤੇ ਤੁਸੀਂ ਫੇਲ ਹੋ ਰਹੇ ਹੋ। ਘੱਟੋ ਘੱਟ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀਆਂ ਅਜਿਹੀਆਂ ਕਾਰਵਾਈਆਂ 'ਤੇ 24 ਘੰਟੇ ਦੇ ਅੰਦਰ ਅੰਦਰ ਕਾਰਵਾਈ ਕਰਵਾ ਕੇ ਲੋਕਾਂ 'ਚ ਪਾਰਦਰਸ਼ੀ ਨਜ਼ਰੀਏ ਨਾਲ ਦੋਸ਼ੀਆਂ ਦਾ ਦੋਸ਼ ਸਾਬਤ ਕਰਕੇ ਦੱਸ ਦਿਆ ਕਰੋ, ਤਾਂ ਜੋ ਤੁਹਾਡੀ ਵੀ ਥੋੜ੍ਹੀ ਬਹੁਤ ਕ੍ਰੈਡੀਬਿਲਟੀ ਬਣੀ ਰਹੇ। ਪਰ ਮੈਨੂੰ ਲੱਗਦਾ ਸਰਕਾਰ ਵੀ ਇਸ ਮੁੱਦੇ 'ਤੇ ਕਦੇ ਗੰਭੀਰ ਨਹੀਂ ਹੈ ਜੀ। ਉਹੀ ਡੰਗ ਟਪਾਉਣ ਨੀਤੀ 'ਤੇ ਚੱਲ ਰਹੀ ਹੈ ਅਤੇ ਪੰਜਾਬ ਹਰ ਮਾਇਨੇ ਵਿੱਚ ਬੁਰਛਾਗਰਦੀ ਦੀ ਕਾਰ 'ਤੇ ਬਿਠਾ ਦਿੱਤਾ ਗਿਆ, ਚੁੰਝ 'ਤੇ ਬਿਠਾ ਦਿੱਤਾ ਗਿਆ ਜੀ। ਸੁਪਰੀਮ ਕੋਰਟ ਦੇ 5 ਜੱਜਾਂ ਨੇ ਫੈਸਲਾ ਬੜਾ ਅਹਿਮ ਦਿੱਤਾ ਜੀ, ਜਿਹੜਾ ਕੇਜਰੀਵਾਲ ਸਰਕਾਰ ਅਤੇ ਉੱਥੋਂ ਦੇ ਐਲ ਜੀ ਦੇ ਵਿਚਾਰੇ ਚੱਲ ਰਿਹਾ ਸੀ ਉਪ ਰਾਜਪਾਲ ਦੇ ਵਿਚਾਰੇ, ਉਹਨਾਂ ਨੇ ਜੋ ਫੈਸਲਾ ਦਿੱਤਾ ਉਹਦੇ 'ਤੇ ਥੋੜ੍ਹਾ ਜਿਹਾ ਸਾਨੂੰ ਜਾਣਕਾਰੀ ਦਿਓ ਜੇ। ਔਰ ਜਿਹੜਾ ਸਰਕਾਰ ਦੀ ਚੁਣੀ ਹੋਈ ਸਰਕਾਰ ਦੀਆਂ ਤੁਹਾਨੂੰ ਲੱਗਦਾ ਜੀ ਤਾਕਤਾਂ ਵਧਾਈਆਂ ਗਈਆਂ ਕਿ ਅੱਗੋਂ ਆਉਣ ਵਾਲੇ ਸਮੇਂ 'ਚ ਐਲ ਜੀ ਦੇ ਨਾਲ ਜਿਹੜਾ ਵਿਵਾਦ ਆ ਖਤਮ ਹੋਣ ਦੇ ਚਾਂਸ ਹੈ ਨੇ ਕਿ ਨਹੀਂ? ਬਹੁਤ ਵੱਡਾ ਮਾਮਲਾ ਹੋਇਆ ਜੀ, ਕਿਉਂਕਿ 5 ਜੱਜਾਂ ਦੀ ਫੁੱਲ ਬੈਂਚ ਨੇ ਇਸ 'ਤੇ ਨਿਰਣਾ ਦਿੱਤਾ ਅਤੇ ਇਸ ਦੀ ਅਗਵਾਈ ਚੀਫ ਜਸਟਿਸ ਸਾਹਿਬ ਆਪ ਚੰਦਚੂੜ ਜੀ ਕਰ ਰਹੇ ਸਨ। ਫੈਸਲਾ ਬੜਾ ਵਧੀਆ ਆਇਆ ਜੀ, ਲੋਕਤੰਤਰ ਦੇ ਹਿੱਤ 'ਚ ਆਇਆ, ਪ੍ਰਤੀਨਿਧਾਂ ਦੇ ਹਿੱਤ 'ਚ ਆਇਆ। ਸੁਪਰੀਮ ਕੋਰਟ ਨੇ ਬੜੇ ਸਪਸ਼ਟ ਤੌਰ 'ਤੇ ਕਿਹਾ ਕਿ ਲੈਫਟੀਨੈਂਟ ਗਵਰਨਰ ਨੂੰ ਸਰਕਾਰ ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਦੇਣਾ ਚਾਹੀਦਾ ਅਤੇ ਉਹਦੇ ਕੰਮ ਹੀ ਚੜੀਆਂ ਨਹੀਂ ਪਾਉਣੇ ਚਾਹੀਦੇ। ਜੇ ਚੁਣੀ ਹੋਈ ਪ੍ਰਤੀਨਿਧ ਸਰਕਾਰ ਕੋਲ, ਲੋਕਤੰਤਰੀ ਸਰਕਾਰ ਕੋਲ ਮੁਲਾਜ਼ਮਾਂ ਦੀ ਨਿਯੁਕਤੀ ਦੇ, ਟ੍ਰਾਂਸਫਰ ਦੇ, ਉਹਨਾਂ ਨੂੰ ਬਦਲਣ ਦੇ ਜਾਂ ਹੋਰ ਕੋਈ ਵੀ ਰੱਖਣ ਦੇ ਵੀ ਅਧਿਕਾਰ ਨਹੀਂ ਹਨ, ਅਤੇ ਫਿਰ ਲੋਕਤੰਤਰ ਦਾ ਬੁਨਿਆਦੀ ਅਸੂਲ ਹੀ ਖਤਮ ਹੋ ਜਾਂਦਾ ਅਤੇ ਜਵਾਬਦੇਹੀ ਵੀ ਖਤਮ ਹੋ ਜਾਂਦੀ ਹੈ। ਇਹ ਬੜੀ ਵੱਡੀ ਟਿੱਪਣੀ ਹੈ, ਲੋਕਤੰਤਰ ਦੇ ਹਿੱਤ 'ਚ ਹੈ ਅਤੇ ਇਸ ਦਾ ਸਵਾਗਤ ਹੋਣਾ ਚਾਹੀਦਾ। ਇਸ ਨਾਲ ਕੀ ਹੁਣ ਦੇਖਿਆ ਜਾਣਾ ਬਣੇਗਾ ਕਿ ਲੈਫਟੀਨੈਂਟ ਗਵਰਨਰ ਦੇ ਅਹੁਦੇ ਦੀ ਕੀ ਮਰਿਆਦਾ ਨੀਅਤ ਹੁੰਦੀ ਹੈ। ਇਹ ਭਾਰਤ ਸਰਕਾਰ ਲਈ ਵੀ ਇੱਕ ਚੰਗਾ ਚੁਣੌਤੀ ਭਰਪੂਰ ਫੈਸਲਾ ਹੈਗਾ, ਕਿਉਂਕਿ ਸਾਰਾ ਮੁੱਦਾ ਭਾਰਤ ਸਰਕਾਰ ਰਾਹੀਂ ਹੀ ਕ੍ਰੀਏਟ ਹੁੰਦਾ ਅਤੇ ਉਹਦੇ ਰਾਹੀਂ ਹੀ ਅੱਗੇ ਵੱਧਦਾ। ਪਰ ਹੁਣ ਜਿਸ ਵੇਲੇ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਚੁਣੀ ਹੋਈ ਸਰਕਾਰ ਹੀ ਅਸਲ ਸਰਕਾਰ ਹੈ ਅਤੇ ਚੁਣੀ ਹੋਈ ਸਰਕਾਰ ਦੇ ਰਾਹ ਵਿੱਚ ਰੋੜੇ ਅਟਕਾਉਣੇ, ਉਹਦੇ ਕੰਮ ਨੂੰ ਰੋਕਣਾ ਜਾਂ ਡਿਲੇ ਕਰਨਾ ਕਦੇ ਵੀ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਲੋਕਤੰਤਰ ਵਿੱਚ। ਬੜਾ ਅੱਛਾ ਫੈਸਲਾ ਹੈ ਇਹ ਫੈਸਲਾ, ਤਾਂ ਭਾਵੇਂ ਦਿੱਲੀ ਸਰਕਾਰ ਦੇ ਸੰਬੰਧ ਵਿੱਚ ਹੋਇਆ ਪਰ ਜਦੋਂ ਇਹਨੂੰ ਪੂਰੇ ਨੈਸ਼ਨਲ ਪੱਧਰ 'ਤੇ ਦੇਖਦੇ ਹਾਂ ਤਾਂ ਬੀਤੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਦਖਲ ਵਧਿਆ ਸੀ, ਕੁਝ ਚਰਚਾਵਾਂ ਚੱਲੀਆਂ, ਫਿਰ ਹੁਣ ਤਾਂ ਚਲੋ ਮੱਠੀਆਂ ਪੈ ਗਈਆਂ। ਤੁਹਾਨੂੰ ਲੱਗਦਾ ਜੀ ਵੀ ਇਹਦਾ ਅਸਰ ਬਾਕੀ ਸਟੇਟਾਂ 'ਤੇ ਵੀ ਚਲਾ ਜਾਏਗਾ? ਸੁਪਰੀਮ ਕੋਰਟ ਦਾ ਮਾਮਲਾ ਜਿਹੜਾ ਹੈਗਾ ਜੀ, ਇਸੇ ਸੰਬੰਧ ਵਿੱਚ, ਜਿਸ ਸੰਬੰਧ ਵਿੱਚ ਇਹ ਮਾਮਲਾ ਚੁੱਕਿਆ ਗਿਆ ਸੁਪਰੀਮ ਕੋਰਟ ਵਿੱਚ, ਉਸ ਮੁੱਦੇ 'ਤੇ ਉਸ ਸੰਦਰਭ ਵਿੱਚ ਪੂਰੇ ਭਾਰਤ 'ਤੇ, ਹਰ ਸਟੇਟ 'ਤੇ, ਹਰ ਨਾਗਰਿਕ 'ਤੇ, ਹਰ ਸਰਕਾਰ 'ਤੇ ਲਾਗੂ ਹੈ ਜੀ, ਪ੍ਰਭਾਵ ਪਾਏਗਾ ਜੀ। ਜੀ
ਬਹੁਤ ਬਹੁਤ ਸ਼ੁਕਰੀਆ ਸਰਦਾਰਤਿੰਦਰਪਾਲ ਸਿੰਘ ਜੀ, ਅੱਜ ਤੁਸੀਂ ਸਾਨੂੰ ਵਧੇਰੇ ਸਮਾਂ ਉਸ ਘਟਨਾ ਦੇ ਦਿੱਤਾ ਜਿਹਦੇ ਤੋਂ ਸਾਰਿਆਂ ਦਾ ਹਿਰਦਾ ਦੁਖੀ ਸੀਗਾ, ਸਾਰੇ ਨਾਨਕ ਨਾਮ ਲੇਵਾ ਦਾ ਪਾਲ ਕੇ ਫਿਰ ਤੁਹਾਡੇ ਦਰਸ਼ਨ ਕਰਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।